ਇਸ ਤੋਂ ਇਲਾਵਾ ਕੁਝ ਨਹੀਂ ਬਾਜਵਾ ਸਾਹਿਬ ਤੁਹਾਡੇ ਤਾਂ ਬਾਲ ਵੀ ਟੁੱਟ ਗਏ ਇਹ ਵੀ ਬੜਾ ਰੋਲਾ ਮੈਨੂੰ ਟੈਨਸ਼ਨ ਹੋਈ ਹੈ ਨਹੀਂ ਸਰ ਕਿਆ ਕਿਦੀ ਟੈਨਸ਼ਨ ਹੋਈ ਹੈ ਇਹ ਦੇਖੋ ਜੀ ਇਹ ਹਰ ਜਿਹੜੀ ਟੈਨਸ਼ਨ ਦਾ ਨਾ ਇੱਕ ਬਾਲ ਹੁੰਦਾ ਹੈ ਅੱਛਾ ਉਹ ਤੁਸੀਂ ਮੇਰੇ ਬਾਲਾਂ ਦੇ ਉੱਡਣ ਤੋਂ ਅੰਦਾਜ਼ਾ ਲਾ ਲਓ ਕਿ ਜਿੰਨੇ ਮੇਰੇ ਬਾਲ ਉੱਡ ਯਾਨੀ ਕਿ ਤੁਹਾਡੇ ਬਾਲ ਸਭ ਹੀ ਉੱਡ ਬੈਠੇ ਨੇ ਔਰ ਹਰ ਇੱਕ ਬਾਲ ਇੱਕ ਟੈਨਸ਼ਨ ਦੀ ਵਜ੍ਹਾ ਤੋਂ ਉੱਡ ਰਿਹਾ ਵਾਹ 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 ਇਹਸਾਨ ਸਾਹਿਬ ਤੁਸੀਂ ਇਹਦਾ ਫਾਇਦਾ ਵੀ ਆਇਆ ਨਾ ਸ਼ੈਂਪੂ ਨਹੀਂ ਲਾਣੀ ਪੈਂਦੀ अगर साडे घर सब्जी नहीं आंदी तो कोई होर खा के जनाब बचत दा एक फार्मूला है अच्छा ते जेडे सियासतदान ने उनां कोल यही फार्मूला तुहानू जरा अज मेरा शक है इस बचत दा एक होर फार्मूला दसणे आ तुहानू जनाब कावा पलांदे आ बगैर चीनी तो हां मजा ना आएगा ना जी मैं जरा कैसे साहब जरा कावा ले आओ जरा नाल ना जरा पी के जरा महसूस होइए अंकल की समझ रहे हो इन सारी चीजा नु तानू अंकल क्या तुझे गुस्सा तो नहीं किया नहीं नहीं मुझे कोई गुस्सा नहीं लगता मैं अंकल कुछ महसूस कर लो अच्छा भाई ठीक है अच्छा तुसी मेनू ये दसो के की समझ रहे हो के की सूरत हाल चल रही है इलेक्शन हो गया तुसी तक कोई साढ़े तो ज्यादा इलेक्शन वेख बैठे हो इलेक्शन हर साल इसे हर दफा इसे तरह इलेक्शन होते हैं ਕਿਸੇ ਇੱਕ ਨੂੰ ਮਤਲਬ ਅੱਗੇ ਕਰ ਦਿੱਤਾ ਜਾਂਦਾ ਬਾਕੀ ਸਾਰਿਆਂ ਨੂੰ ਪਿੱਛੇ ਕਰ ਨਹੀਂ ਇਲੈਕਸ਼ਨ 'ਚ ਜੂਸ ਤੇ ਮਿਲਦੇ ਨੇ ਸਰ ਜੂਸ ਸਿਰਫ ਗੱਡੀ ਤੇ ਲੈ ਕੇ ਜਾਂਦੇ ਨੇ ਜੂਸ ਦਿੰਦੇ ਨੇ ਇਹ ਹੀ ਹੈ ਇਲੈਕਸ਼ਨ ਵਾਲੇ ਤੁਸੀਂ ਅੱਗੇ ਆ ਕੇ ਜ਼ਰਾ ਕਾਵਾ ਫੜੋ ਤੁਸੀਂ ਛੱਡੋ ਤੁਸੀਂ ਸਾਰੀ ਗੱਲਾਂ ਛੱਡੋ ਤੁਸੀਂ ਜ਼ਰਾ ਖਾਲੀ ਜਾਣਾ ਪੈਦਲ ਜਾਂਦੇ ਹੁੰਦੇ ਸਨ ਹਾਂਜੀ ਉਹ ਮਤਲਬ ਚਲੋ ਥੋੜਾ ਬੋਤਾ ਅਪਗ੍ਰੇਡ ਹੋ ਗਈ ਹੈ ਕੋਈ ਨਾ ਕੋਈ ਗੱਡੀ ਲੱਭ ਜਾਂਦੀ ਹੈ ਜਿਹਨੂੰ ਘਰ ਵਾਲੇ ਨਹੀਂ ਚੱਕਦੇ ਉਹਨੂੰ ਉਹਨਾਂ ਇਲੈਕਸ਼ਨ ਵਾਲੇ ਚੱਕ ਕੇ ਗੱਡੀ 'ਚ ਪਾਉਂਦੇ ਨੇ ਵਾਪਸੀ ਤੇ ਆਪਣੇ ਖਰਚੇ ਤੇ ਆਉਣਾ ਸੀ ਮੁੜ ਕੇ ਫਿਰ ਗੱਡੀ ਚੜਾ ਦਿੰਦੇ ਸਰ ਬਾਜਵਾ ਸਾਹਿਬ ਤੁਸੀਂ ਬੋਲ ਬੋਲ ਚੱਕਣ ਦੀ ਗੱਲਾਂ ਨਾ ਕਰੋ ਅੱਜ ਕੱਲ੍ਹ ਬਹੁਤ ਹਾਲਾਤ ਖਰਾਬ ਨੇ